परम सकारियों ससंघे जी रचना पवित्र करिए त्याकी तानसीर सतगुरु नानक देव जी तानसीर सतगुरु जगजीत सिंह जी तानसीर सतगुरु उदय सिंह जी साखी मुल्ले वाणी नाल हुई भाई बाला कहे गुरु जी ओ जो मुल्ला बाणिया सियाल कोटो नाल टुरया सी हट्टी पट्टी लुटा के

ਮੁੱਲੀ ਨੇ ਠੀਤ ਵਿੱਚ ਵਿਚਾਰ ਕੀਤੀ ਕਿ ਜੇ ਮੈਂ ਘਰ ਹੁੰਦਾ ਤਾਂ ਇਹਨਾਂ ਦਿਨਾਂ ਵਿੱਚ ਮੇਰਾ ਵਿਆਹ ਹੋ ਜਾਂਦਾ ਤੇ ਮੁੱਲੇ ਕੇ ਘਰ ਉਡੀਕ ਲੱਗ ਰਹੀ ਸੀ ਕਿ ਮੁੱਲਾ ਆ ਜਾਵੇ ਤੇ ਬੜੀ ਅੱਛੀ ਬਾਤ ਹੈ ਪਰ ਅੱਠ ਪਹਿਰ ਸਾਹੀ ਵਿੱਚ ਹਨ ਜੇਕਰ ਮੁੱਲਾ ਨਾ ਆਵੇ ਤਾਂ ਮੁੱਲੇ ਦੇ ਭਰਾਵ ਨੂੰ ਵਿਆਹ ਦਵਾਂਗੇ ਇਹ ਗਿਣਤੀ ਕਰ ਰਹੀ ਸੀ ਜੇ ਸ਼੍ਰੀ ਗੁਰੂ ਨਾਨਕ ਜੀ ਘਾਟ ਘਾਟ ਦੇ ਜਾਨਣ ਹਾਰੇ ਦੇਖ ਕੇ ਕਹਿਣ ਲੱਗੇ क्यों मुल्ला व्यानु चित्त करदा है त मुल्ले ने क्या गुरुजी चित्त ता करदा है पर दूर देश है त श्री गुरु नानक जी क्या मुल्ला जे जाना चांदा है त अखा मीट त मुल्ले ने किया हे सच्चे पाशा जी व्याह को पदार्थ चाहिए अति मेरे पास तो एक कौड़ी भी नहीं है त श्री गुरु नानक जी क्या जा मुल्ला ओ टीम उठाए के जितना चुक सकता है चुक लूले श्री गुरु नानक जीव जी का हुक्म मान के वह ढीम उठाई ता क्या देखे जो अणगिणत खजाना होया है तो मुले ने बहुत पदार्थ मोहरा ती रुपया थैली दठड़ी बन के चुक लई ਤਾ ਗੁਰੂ ਜੀ ਕਿਆ ਮੂਲਾ ਮੀਟੱਖੀ ਤਾ ਮੂਲੇ ਅੱਖੀ ਮਿਟਿਆ ਜਾਂ ਖੋਲੀਆਂ ਤਾਂ ਕਿਆ ਦੇਖੇ ਜੋ ਸਿਆਲਕੋਟ ਦੇ ਬਾਹਰ ਜਾ ਬੈਠਾ ਤਾ ਮੂਲੇ ਦੇ ਘਰ ਦਿਆਂ ਦੇਖਿਆ ਕਿ ਮੂਲਾ ਬੈਠਾ ਹੈ ਉਹ ਸੇਵਕ ਮੂਲੇ ਨੂੰ ਘਰ ਲੈ ਗਏ ਤੇ ਜਾਇਕਰ ਮੂਲੇ ਨੂੰ ਮਾਂਝੇ ਚ ਪਾਇਆ ਤਰਾਤ ਨੂੰ ਮੂਲੇ ਦਾ ਵਿਆਹ ਕੀਤਾ ਅਧੇ ਡੋਲੀ ਘਰ ਲੈ ਆਈ ਬੜੀ ਖੁਸ਼ੀ ਹੋਈ ਅਤੇ ਸਾ ਕਬੀਲਾ ਇਕੱਠਾ ਹੋਇਆ ਅਤੇ ਪੁੱਛਣ ਲੱਗੇ ਮੂਲਿਆ ਤੂੰ ਕਿੱਥੋਂ ਆਇਆ ਹੈ ਅਤੇ ਮੂਲਿਆ ਕਹਾ ਭਾਈ ਇੱਕ ਖਤਰੇਟਾ ਹੈ ਨਾਨਕ ਨਿਰੰਕਾਰੀ ਉਸ ਦੇ ਨਾਲ ਮੈਂ ਗਿਆ ਸਾਂ ਭਾਈ ਉਹ ਬੜਾਈ ਮਹਾਤਮਾ ਹੈ ਅਤੇ ਗੁਰੂ ਜੀ ਉੱਥੋਂ ਚਲਦੇ ਰਹੇ ਅੱਗੇ ਸਾਖੀ ਹੋਰ ਚੱਲੀ ਤਾਂ ਭਾਈ ਬਾਲਾ ਗੁਰੂ ਅੰਗਦ ਜੀ ਪਾਸ ਜਦ ਜਨਮ ਸਾਖੀ ਲਿਖਾਉਣ ਵਾਸਤੇ ਆਇਆ ਸੀ ਜਸਾਖੀ ਲਿਖੀ ਗਈ ਤਾਂ ਭਾਈ ਬਾਲੇ ਕਿਹਾ ਗੁਰੂ ਅੰਗਦ ਜੀ ਨੂੰ ਸੁਣੋ ਗੁਰੂ ਜੀ ਗੁਰੂ ਨਾਨਕ ਵੀਚਤੇ ਆਪ ਵੀਚਿਪੇ ਇਹਦੀ ਪੀਨ ਕੋਚ ਨਹੀਂ ਅਤੇ ਗੁਰੂ ਜੀ ਇੱਥੋਂ ਟੋੜੀ ਮੈਨੂੰ ਗੁਰੂ ਨਾਨਕ ਜੀ ਦੀ ਖਬਰ ਆਹੀ ਜੋ ਮੈਂ ਆਪਣੀ ਅੱਖੀਂ ਡਿਠਾ ਸੋ ਮੈਂ ਲਿਖਵਾਇਆ ਹੈ ਅਤੇ ਗੁਰੂ ਜੀ ਨੇ ਇੱਕ ਵੱਡਾ ਚਰਜ ਦੇਖਿਆ ਸੀ ਤਾਂ ਗੁਰੂ ਅੰਗਦ ਜੀ ਕਿਹਾ ਭਾਈ ਬਾਲਾ ਕਿ ਹਾਸ ਚਰਜ ਡਿਠਾ ਸੀ ਸੋ ਕਹੋ ता भाई बाले आख्या गुरु जी आखन की गल कोई नहीं के जे जा, के जापे के जिया दे बाब क्या होगी गुरु अंगद जी कहा भाई बाला जो कुछ अखे डेठा है सो तू कि सुनावना कर ता भाई बाले आख्या गुरु जी ए ख्याल ਜ਼ਾਹਰ ਕਰੰਦਾ ਨਹੀਂ ਪਰ ਤੁਹਾਡਾ ਬਚਨ ਫੇਰਿਆ ਨਹੀਂ ਜਾਂਦਾ ਗੁਰੂ ਜੀ ਇੱਕ ਦਿਨ ਗੁਰੂ ਨਾਨਕ ਜੀ ਅਤੇ ਮਰਦਾਨਾ ਅਤੇ ਮੈਂ ਵੀ ਨਾਲੇ ਸੀ ਜੋ ਪਸ਼ਚਮ ਦਿਸ਼ਾ ਨੂੰ ਚਲੇ ਜਾਂਦੇ ਸਾਂ ਤਾਂ ਇੱਕ ਦਿਨ ਉਦਯਾਨ ਵਿੱਚ ਰਾਤ ਪੈ ਗਈ ਤਾਂ ਬਾਬਾ ਨਾਨਕ ਜੀ ਉਥਾਂ ਹੀ ਬੈਠ ਗਏ ਤਾਂ ਮਰਦਾਨੇ ਨੂੰ ਹੁਕਮ ਹੋਇਆ ਬੱਚਾ ਮਰਦਾਨਿਆ ਸ਼ਬਦ ਰਸ ਦਾ ਵੇਲਾ ਹੋਇਆ ਹੈ ਚੌਕੀ ਕਰੋ ਤਾਂ ਮਰਦਾਨੇ ਆਖਿਆ ਗੁਰੂ ਜੀ ਅੱਜ ਤੀਆ ਡੰਗ ਹੋਇਆ ਹੈ ਮੈਂ ਖਾਦਾ ਪੀਤਾ ਕੁਛ ਨਹੀਂ ਮੈਥੋ ਸ਼ਬਦ ਹੁੰਦਾ ਨਹੀਂ ਤਾਂ ਗੁਰੂ ਨਾਨਕ ਜੀ ਆਖਿਆ ਉਠ ਤੈਨੂੰ ਕੁਛ ਦਸੀਏ ਤੂੰ ਖਾਓ ਤਾਂ ਮਰਦਾਨਾ ਉੱਠ ਖੜਾ ਹੋਇਆ ਫੇ ਗੁਰੂ ਨਾਨਕ ਜੀ ਆਖਿਆ ਮਰਦਾਨਿਆ ਜੋ ਕੋਈ ਪੁਰਖ ਤੈਨੂੰ ਨਜ਼ਰ ਆਵੇ ਤਾਂ ਤੂੰ ਉਸ ਨੂੰ ਕੁਛ ਕਹਿਣਾ ਨਹੀਂ ਦੋ ਤੇ ਜੇ ਤੈਨੂੰ ਦੇਵੇ ਸੋ ਤੂੰ ਲੈ ਲਵੀਂ जाए बचन श्री गुरु जी किया मरदाने श्री गुरु जी का बचन मानकर मरदाना गया, गया मरदाने को कह लगा भाई तू तो कौन है मरदाने कहा भाई जी मैं मरदाना मीरा सिंह ते नानक तपे देना हा जा मरदाने कहा उस पूरक ने हाथ जोड़ के

ਲੜਕੀਆਂ ਦਾ ਪੈਸਾ ਲੈਣਗੇ ਸੋ ਨਹੀਂ ਬਖਸ਼ੇ ਬਖਸ਼ਣਗੇ ਬਖਸ਼ੇ ਜਾਣਗੇ ਉਹ ਤਦ ਬਖਸ਼ੇ ਜਾਣਗੇ ਜੋ ਸ੍ਰੀ ਗੁਰੂ ਜੀ ਦੇ 10 ਜਾਮੇ ਹੋਣਗੇ ਉਹਨਾਂ ਵਿੱਚ ਭੇਦ ਨਾ ਜਾਣਣਗੇ ਤੇ ਜੋ ਸ੍ਰੀ ਗੁਰੂ ਨਾਨਕ ਜੀ ਦੇ 10 ਜਾਮਿਆਂ ਵਿੱਚ ਭੇਦ ਮੰਨਣਗੇ ਸੋ ਨਰਕ ਦੇ ਅਧਿਕਾਰੀ ਹੋਣਗੇ ਇਹ ਬਾਤ ਉਸ ਨੇ ਸੁਣਾਈ ਦਾ ਮਰਦਾਨੇ ਕਾ ਭਾਈ ਤਨ ਤੇ ਰਾਮੁਖ ਹੈ ਪਰ ਕਿਰਪਾ ਕਰਕੇ 10 कि तेरा नाम क्या है तू तो कौन है, हों उसने कहा मेरा नाम विष्णु जी का कहा पाई मैं श्री विष्णु जी का पारखद हाँ सच खंड को चलिया हाँ अति सुन पाई मरदाना वो बीर्च है उस आलो फाल नल खा ता तेरी भूख कदी ना रहेगी अति कुछ फल लायकर शबद पाड़ सुन मरदाना जो पुरख सायकाल रह रास ते आरती रासला पड़न गे को प्राप्त हो कहकर चला गया ते मरदाने फल लेकर गुरु नानक जी अगे रखे ते चरना पर मथा टेकिया कह सु हे श्री बाबा जी तेरी गति तू है जानदा है तान श्री सतगुरु नानक देव जी